ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਹਰ ਰੋਜ਼ ਨਵੇਂ ਗਾਣੇ ਰਿਲੀਜ਼ ਹੁੰਦੇ ਹਨ, ਪਰ ਉਹਨਾਂ ਵਿੱਚੋਂ ਘੱਟ ਹੀ ਲੋਕਾਂ ਦੇ ਦਿਲਾਂ ਵਿੱਚ ਵਸ ਪਾਉਂਦੇ ਹਨ। ਪਿਛਲੇ ਦਿਨੀਂ ਰਿਲੀਜ਼ ਹੋਏ ਦਿਲਜੀਤ ਦੋਸਾਂਝ ਦੇ ਗਾਣੇ ਰਾਤ ਦੀ ਗੇੜੀ ਤੋਂ ਬਾਅਦ ਜੇ ਕਿਸੇ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਸ਼ੈਰੀ ਮਾਨ ਦਾ ਨਵਾਂ ਗਾਣਾ ਲਵ ਯੂ ਇੱਕ ਐਸਾ ਗੀਤ ਹੈ ਜਿਸ ਨੇ ਪਹਿਲੇ ਦਿਨ ਹੀ ਇੱਕ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। ਦੱਸ ਦਈਏ ਸ਼ੈਰੀ ਮਾਨ ਦੇ ਫੈਨਸ ਨੂੰ ਉਹਨਾਂ ਦੇ ਹਰ ਗਾਣੇ ਦੀ ਹੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਲਵ ਯੂ ਗਾਣਾ ਜੋ ਕਿ ਪਹਿਲਾਂ 24 ਦਸੰਬਰ ਨੂੰ ਰਿਲੀਜ਼ ਕੀਤਾ ਜਾਣਾ ਸੀ, ਪਰ ਪੰਜਾਬ ਵਿੱਚ ਸ਼ਹੀਦੀ ਜੋੜ ਮੇਲੇ ਦੇ ਦਿਨਾਂ ਨੂੰ ਦੇਖਦੇ ਹੋਏ ਸ਼ੈਰੀ ਮਾਨ ਨੇ ਉਸ ਗਾਣੇ ਦੀ ਰਿਲੀਜ਼ ਡੇਟ 30 ਦਸੰਬਰ ਕਰ ਦਿੱਤੀ, ਜਿਸ ਗੱਲ ਦੀ ਲੋਕਾਂ ਨੇ ਸ਼ਲਾਘਾ ਵੀ ਕੀਤੀ। ਅਤੇ ਹੁਣ ਜਦੋਂ ਗਾਣਾ ਵੀਡੀਓ ਦੇ ਨਾਲ ਰਿਲੀਜ਼ ਕੀਤਾ ਗਿਆ ਤਾਂ ਗਾਣਾ ਕੁਝ ਘੰਟਿਆਂ ਵਿੱਚ ਹੀ 1 ਮਿਲੀਅਨ ਵਿਊਜ਼ ਕ੍ਰੋਸ ਕਰ ਗਿਆ, ਜੋ ਕਿ ਆਪਣੇ ਆਪ ਹੀ ਸ਼ੈਰੀ ਮਾਨ ਦੇ ਫੈਨਸ ਦਾ ਪਿਆਰ ਉਹਨਾਂ ਪ੍ਰਤੀ ਦਰਸਾਉਂਦਾ ਹੈ। ਦੱਸ ਦਈਏ ਲਵ ਯੂ ਗੀਤ ਲੋਕਧੁਨ ਪੰਜਾਬੀ ਵੱਲੋਂ ਰਿਲੀਜ਼ ਕੀਤਾ ਗਿਆ ਹੈ ਅਤੇ ਰਵੀ ਰਾਜ ਨੇ ਇਸ ਨੂੰ ਲਿਖਿਆ ਹੈ, ਜੋ ਕਿ ਪਹਿਲਾਂ ਹੀ ਸ਼ੈਰੀ ਮਾਨ ਨੂੰ 3 ਪੈਗ ਵਰਗਾ ਸੁਪਰਹਿੱਟ ਗੀਤ ਦੇ ਚੁੱਕੇ ਹਨ। ਇਸ ਗਾਣੇ ਦਾ ਮਿਊਜ਼ਿਕ ਮਿਸ਼ਟਾ ਬਾਜ਼ ਨੇ ਕੀਤਾ ਹੈ ਅਤੇ ਪਰਮੀਸ਼ ਵਰਮਾ ਨੇ ਇਸ ਦਾ ਵੀਡੀਓ ਤਿਆਰ ਕੀਤਾ ਹੈ। ਸੋ ਅਖੀਰ ਅਸੀਂ ਚੈਨਲ ਸਤਰੰਗ ਦੀ ਪੂਰੀ ਟੀਮ ਵੱਲੋਂ ਸ਼ੈਰੀ ਮਾਨ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਉਹਨਾਂ ਦੇ ਗਾਣੇ ਦੀ ਸਕਸੈਸ ਲਈ ਮੁਬਾਰਕਬਾਦ ਦਿੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਉਹਨਾਂ ਦੇ ਫੈਨਸ ਇਸੇ ਤਰ੍ਹਾਂ ਉਹਨਾਂ ਦੇ ਗਾਣੇ ਨੂੰ ਪਿਆਰ ਦਿੰਦੇ ਰਹਿਣਗੇ। ਬਿਊਰੋ ਰਿਪੋਰਟ, ਚੈਨਲ ਸਤਰੰਗ। ਫੋਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ ਸਤਰੰਗ।